ਸਤਿ ਸ੍ਰੀ ਅਕਾਲ ਜੀ ਅੱਜ ਇਹ ਮੇਰੇ ਵਰਕਆਊਟ ਦਾ 8ਵਾਂ ਦਿਨ 75 ਵਾਰ ਦਾ ਸਾਢੇ 5 ਉੱਠ ਕੇ ਮੈਂ ਸੈਰ ਤੇ ਗਈ ਸੈਰ ਤੋਂ ਆਣ ਤੋਂ ਬਾਅਦ ਮੈਂ ਕੀਤੀ ਰੱਸੀ ਕੁੱਦੀ ਉਸ ਤੋਂ ਬਾਅਦ ਮੈਂ ਸਟੇਅਰਸ ਵਾਲੀ ਐਕਸਰਸਾਈਜ਼ ਕੀਤੀ ਵਿੱਚ ਵਿੱਚ ਮੈਂ ਥੋੜਾ ਥੋੜਾ ਪਾਣੀ ਪਿੰਦੀ ਰਹਿੰਦੀ ਆ ਫਿਰ ਨਿੱਕੇ ਮੋਟੇ ਘਰ ਦੇ ਕੰਮ ਕਿਚਨ ਦੇ ਵਿੱਚ ਆ ਗਈ ਸੀ ਮੈਂ ਕਿਚਨ ਦੇ ਵਿੱਚ ਕੰਮ ਕੀਤੇ ਬੇਟੇ ਲਈ ਸਬਜ਼ੀ ਬਣਾਈ ਮੰਮਾ ਨੇ ਸਾਡੇ ਲਈ ਸਬਜ਼ੀ ਬਣਾਈ ਹੋਈ ਸੀ ਉਸ ਤੋਂ ਬਾਅਦ ਮੈਂ ਸੈਲਟ ਕੱਟਿਆ ਫਰੂਟ ਰੱਖੇ ਆਪਣੇ ਤੇ ਕੋਸੇ ਪਾਣੀ ਦੀ ਬੋਤਲ ਭਰੀ ਫਿਰ ਮੈਂ ਪਾਣੀ ਪੀਆ ਫਰੈਸ਼ ਹੋਣ ਤੋਂ ਬਾਅਦ ਨਹਾਉਣ ਤੋਂ ਬਾਅਦ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ ਉਸ ਤੋਂ ਬਾਅਦ ਮੈਂ ਆਪਣੀ ਡਾਈਟ ਲਈ ਦੁੱਧ ਤੇ ਬਦਾਮ ਅਖਰੋਟ ਸੋਗੀ ਬੇਟੇ ਨੂੰ ਉਠਾ ਕੇ ਬੇਟੇ ਨੂੰ ਰੈਡੀ ਕੀਤਾ ਬ੍ਰੇਕਫਾਸਟ ਦੇ ਵਿੱਚ ਅੱਜ ਇੱਕ ਮੈਂ ਕੇਲਾ ਖਾਇਆ ਉਸ ਤੋਂ ਬਾਅਦ ਮੈਂ ਸਕੂਲ ਲਈ ਰੈਡੀ ਹੋ ਗਈ ਤੇ ਚੱਲ ਪਈ ਮੈਂ ਸਕੂਲ ਸਕੂਲ ਲਈ ਰੈਡੀ ਹੋਈ ਫਿਰ ਪਹੁੰਚੀ ਸਕੂਲ ਉਸ ਤੋਂ ਬਾਅਦ ਫਰੂਟ ਬ੍ਰੇਕ ਦੇ ਵਿੱਚ ਮੈਂ ਫਰੂਟ ਖਾਏ ਸਾਰੇ ਆਪਣੇ ਲੰਚ ਦੇ ਵਿੱਚ ਮੂਲੀ ਦੀ ਸਬਜ਼ੀ ਤੇ ਦਹੀਂ ਸੀ ਮੇਰੇ ਕੋਲ ਦੋ ਫੁਲਕੇ ਘਰ ਆ ਕੇ ਮੈਂ ਇੱਕ ਅਮਰੂਦ ਖਾਇਆ ਉਸ ਤੋਂ ਬਾਅਦ ਰੈਸਟ ਕੀਤੀ ਈਵਨਿੰਗ ਵਾਕ ਤੇ ਗਈ ਰੱਸੀ ਕੁੱਦੀ ਮੈਂ ਫਿਰ ਸਾਰੀਆਂ ਆਪਣੀਆਂ ਮੈਟ ਵਾਲੀਆਂ ਐਕਸਰਸਾਈਜ਼ ਕੀਤੀਆਂ ਜਿਹੜੀਆਂ ਮੈਂ ਡੇਲੀ ਕਰਦੀਆਂ ਬੈਲੀ ਫੈਟ ਘਟ ਹੁੰਦਾ ਇਹਨਾਂ ਨਾਲ ਪੀਟੀ ਕੀਤੀ ਤੇ ਯੋਗਾ ਆਸਣ ਦੇ ਨਾਲ ਮੈਂ ਆਪਣਾ ਵਰਕਆਊਟ ਦਾ ਐਂਡ ਕੀਤਾ ਰਾਤੀ ਮੈਂ ਡਿਨਰ ਦੇ ਵਿੱਚ ਦਾਲ ਫੁਲਕਾ ਬਾਬਾ ਜੀ ਅੱਗੇ ਅਰਦਾਸ ਕੀਤੀ ਅੱਜ ਦਾ ਦਿਨ ਵਧੀਆ ਰਿਹਾ ਇਹ ਹੈ ਮੇਰੀ ਅੱਜ ਦੀ ਸੈਲਫੀ ਇਹਦੇ ਨਾਲ ਬਲੌਗ ਦਾ ਐਂਡ ਹੁੰਦਾ ਹੈ